ਮੜਹਾਨੀ ਦੇ ਕੇਸ ਵਿੱਚ ਸੱਤਾ ਸੁਣੋਂ ਸਮੇਂ ਰਾਕੁਲ ਕਾਂਤੀ ਨੂੰ ਦੇਖੋ ਕੀ ਕੀ ਕਿਹਾ ਕਿ ਦਰਅਸਲ ਸ਼ੌਪ ਦਾ ਕੰਕਰਸ ਪਰ ਤਾਂ ਰਾਕੁਲ ਕਾਂਤੀ ਨੂੰ ਸੂਰਤ ਦੀ ਅਦਾਲਤ ਨੇ ਅਪਰਾਧਿਕ ਮੜਹਾਨੀ ਦਾ ਦੋਸ਼ੀ ਪਾਉਣ ਤੋਂ ਬਾਅਦ 2 ਸਾਲ ਦੀ ਸਜ਼ਾ ਸੁਣਾਈ ਹੈ ਹਾਲਕਿ ਇਹ ਅਦਾਲਤ ਨੇ 30 ਦਿਨਾਂ ਦੇ ਲਈ ਸਜ਼ਾ ਨੂੰ ਮੁਅਤਲ ਕਰ ਦਿੱਤਾ ਤਾਂ ਜੋ ਕਾਂਗਰਸੀ ਆਗੂ ਉਸੇ ਖਲਾਫ ਅਦਾਲਤ ਦਾ ਬਚ ਅਪੀਲ ਕਰ ਸਕੇ ਰਾਹੁਲ ਗਾਂਧੀ ਨੂੰ ਇਹ ਸਜ਼ਾ 2019 ਦੇ ਵਿੱਚ ਕਰਨਾਟਕ ਦੇ ਵਿੱਚ ਇੱਕ ਰੈਲੀ ਦੇ ਵਿੱਚ ਸਾਰੇ ਚੋਰ ਮੋਦੀ ਕਿਉਂ ਹਨ ਵਾਲੇ ਬਿਆਨ ਦੇ ਲਈ ਮਿਲੀ ਹੈ। ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਸੰਸਦ ਮੈਂਬਰ ਦੇ ਬਿਆਨਾਂ ਦਾ ਡੂੰਗਾ ਅਸਰ ਹੁੰਦਾ ਹੈ ਜਿਸ ਕਾਰਨ ਇਹ ਅਪਰਾਧ ਹੁਰਵੀਂ ਕੰਪੀਰ ਹੋ ਜਾਂਦਾ ਹੈ। ਆਓ ਤੁਹਾਨੂੰ ਦੱਸ ਦਿਆਂ ਕਿ ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਹੋਰ ਕੀ ਕੁਝ ਕਿਹਾ। ਦੋਸ਼ੀ ਨੂੰ ਸੁਪਰੀਮ ਕੋਰਟ ਨੇ ਚੇਤਾਵਨੀ ਦਿੱਤੀ ਸੀ ਪਰ ਵੀ ਉਸੇ ਚਾਲ ਚੱਲਣ ਦੇ ਵਿੱਚ ਕੋਈ ਤਬਦੀਲੀ ਹੋਣ ਦਾ ਕੋਈ ਸਬੂਤ ਨਹੀਂ ਹੈ ਮਲਜ਼ਮ ਸੰਸਦ ਮੈਂਬਰ ਹੈ ਜੋ ਜਨਤਾ ਨੂੰ ਜਨ ਪ੍ਰਤੀਨਿਧੀ ਦੇ ਵਜੋਂ ਸੰਬੋਧਨ ਕਰਦਾ ਹੈ ਸੰਸਦ ਦਾ ਸਮਾਜ ਦੇ ਇੱਕ ਵੱਡੇ ਵਰਗ ਦੇ ਉੱਤੇ ਡੰਗਾ ਪਰਪਾਫ ਪੈਂਦਾ ਇਸ ਲਈ ਅਪਰਾਧ ਹੋਰ ਵੀ ਵੱਡਾ ਹੋ ਜਾਂਦਾ ਜੇਕਰ ਦੋਸ਼ੀ ਨੂੰ ਘੱਟ ਸਜ਼ਾ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਗਲਤ ਸੰਤਿਸ਼ਟਿ ਸ਼ਾਵੇਗਾ ਮਨਹਾਨੀ ਕਾਨੂੰਨ ਦਾ ਮਕਸਦ ਭੂਰਾ ਨਹੀਂ ਹੋਵੇਗਾ ਅਤੇ ਲੋਕਾਂ ਨੂੰ ਬਦਨਾਮ ਕਰਨਾ ਆਸਾਨ ਹੋ ਜਾਏਗਾ ਜਦੋਂ ਸੂਰਤੀ ਅਦਾਲਤ ਨੇ ਸਜ਼ਾ ਦਾ ਐਲਾਨ ਕੀਤਾ ਸੀ ਤਾਂ ਰਾਹੁਲ ਗਾਂਧੀ ਉੱਥੇ ਮੌਜੂਦ ਸਨ ਉਸ ਨੂੰ ਆਈਪੀਸੀ ਦੀ ਧਾਰਾ 499 ਅਤੇ 500 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ ਦੋਵੇਂ ਧਾਰਾਵਾਂ ਮਾਣਹਾਨੀਅਤ ਅਤੇ ਸਜ਼ਾ ਦੇ ਨਾਲ ਨਜਿੱਠਦੀਆਂ ਹਨ ਇਨ੍ਹਾਂ ਧਾਰਾਵਾਂ ਤਹਿਤ ਵੱਧ ਤੋਂ ਵੱਧ ਸਜ਼ਾ 2 ਸਾਲ ਹੋ ਸਕਦੀ ਹੈ ਖਾਸ ਕਰ ਲਈ ਹੈ ਕਿ ਲੋਕ ਨੁਮਾਇਦਗੀ ਕਾਨੂੰਨ ਮੁਤਾਬਕ ਤੋਂ 7 ਜਸਤੋਂ ਵੱਧ ਦੀ ਕੈਦ ਦੀ ਸਜ਼ਾ ਵਾਲੇ ਵਿਅਕਤੀ ਨੂੰ ਦੋਸ਼ ਸਾਬਿਤ ਹੋਣ ਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਉਹ ਅਗਲੇ 6 ਸਾਲ ਤੱਕ ਛੋਣ ਨਹੀਂ ਲੱਟ ਸਕਦੇ ਇਸ ਦੌਰਾਨ ਕਾਂਗਰਸ ਨੇ ਕਿਹਾ ਕਿ ਸੂਰਤ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਕੇ ਅਦਾਲਤ ਦੇ ਫੈਸਲੇ ਤੋਂ ਤੁਰੰਤ ਬਾਅਦ ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਦੇ ਹਵਾਲਾ ਟਵੀਟ ਕੀਤਾ ਉਹਨਾਂ ਲਿਖਿਆ ਕਿ ਮੇਰਾ ਧਰਮ ਸੱਚ ਅਤੇ ਅਹਿੰਸਾ ਤੇ ਆਦਾਰਤ ਹੈ ਸੱਚ ਮੇਰਾ ਰੱਬ ਹੈ ਅਹਿੰਸਾ ਇਸ ਨੂੰ ਪ੍ਰਾਪਤ ਕਰਨ ਦਾ ਸਾਧਨ ਹੈ ਮਹਾਤਮਾ ਗਾਂਧੀ ਰਾਹੁਲ ਗਾਂਧੀ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਨਾਟਕ ਦੇ ਕੋਲਾਰ ਤੇ ਵਿੱਟਿਕ ਚੋਣ ਜਲਦੀ ਦੇ ਵਿੱਚ ਮੋਦੀ ਸਨਮ ਦੇ ਨਾਲ ਸੰਬੰਧਿਤ ਤੇ ਟਿੱਪਣੀ ਕੀਤੀ ਸੀ ਸੂਰਤ ਦੇ ਭਾਜਪਾ ਨੇਤਾ ਪਰਨੇਸ਼ ਮੋਦੀ ਨੇ ਉਸ ਦੇ ਖਿਲਾਫ ਅਪਰਾਧਿਕ ਮਾਨ ਹਾਨੀ ਦਾ ਕੇਸ ਤੈਅ ਕੀਤਾ ਸੀ ਫਿਲਹਾਲ ਉਹ ਸੂਰਤ ਪੱਛਮੀ ਤੋਂ ਭਾਜਪਾ ਦੇ ਫਾਇਦਿਕਨ ਪਰਨੇਸ਼ ਮੋਦੀ ਨੇ ਦਲਦੇਸ਼ ਫੈਸਲੇ ਦਾ ਹੁਣ ਸਵਾਗਤ ਕੀਤਾ